ਉਸ ਦੀਆਂ ਅੱਖਾਂ ਵਿੱਚ ਅਜੇ ਵੀ ਹਾਦਸੇ ਦਾ ਖੌਫ ਸਾਫ਼ ਤੌਰ 'ਤੇ ਵੇਖਿਆ ਜਾ ਸਕਦਾ ਹੈ ਅਤੇ ਬੱਦਲ ਫਟਣ ਦੇ ਹਾਦਸੇ ਨੂੰ ਯਾਦ ਕਰਕੇ ਉਸ ਦੀ ਆਵਾਜ਼ ਬਦਲ ਜਾਂਦੀ ਹੈ। ਨਵਾਂਸ਼ਹਿਰ ਦੇ ਰਾਣੇਵਾਲ ਦਾ ਫਤਿਹ ਸਿੰਘ ਉਹਨਾਂ ਖੁਸ਼ਕਿਸਮਤਾਂ 'ਚੋਂ ਇੱਕ ਹੈ ਜੋ ਮੌਤ ਦੇ ਮੂੰਹ 'ਚੋਂ ਵਾਪਿਸ ਆਇਆ ਹੈ। ਸ਼ਿਮਲਾ ਦੇ ਸੁੰਨੀ ਇਲਾਕੇ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੋਏ ਹੁਸ਼ਿਆਰਪੁਰ ਦੇ 7 ਨੌਜਵਾਨਾਂ 'ਚੋਂ 3 ਨੂੰ ਬਚਾ ਲਿਆ ਗਿਆ ਤੇ ਬਾਕੀ ਦੇ 4 ਨੌਜਵਾਨਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ। ਇਹਨਾਂ ਲਾਪਤਾ 4 ਨੌਜਵਾਨਾਂ ਦੇ ਨਾਲ ਇੱਕ ਗਾਈਡ ਵੀ ਲਾਪਤਾ ਦੱਸਿਆ ਜਾ ਰਿਹਾ। ਪਾਣੀ ਵਿੱਚ ਵਹੇ ਨੌਜਵਾਨਾਂ ਦੀ ਪਛਾਣ ਸ਼ਰਮਪ੍ਰੀਤ, ਹਰਦੀਪ, ਏਵਨਜੋਤ ਅਤੇ ਅਮਨ ਸਿੰਘ ਵਜੋਂ ਹੋਈ ਹੈ, ਜਦਕਿ ਬਚਾਏ ਗਏ 3 ਨੌਜਵਾਨਾਂ 'ਚ ਫਤਿਹ ਸਿੰਘ, ਸੁਖਬੀਰ ਅਤੇ ਕਮਲਜੀਤ ਸ਼ਾਮਲ ਨੇ, ਜੋ ਕਿ ਸਹੀ ਸਲਾਮਤ ਆਪਣੇ ਪਿੰਡ ਪਰਤ ਆਏ ਨੇ। ਤਿੰਨਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਪਰਮਾਤਮਾ ਦੇ ਸ਼ੁਕਰਗੁਜ਼ਾਰ ਹਨ ਕਿ ਉਹ ਜ਼ਿੰਦਾ ਬਚ ਗਏ, ਪਰ ਉਹਨਾਂ ਨੂੰ ਇਸ ਗੱਲ ਦਾ ਮਲਾਲ ਹੈ ਕਿ ਉਹ ਆਪਣੇ ਬਾਕੀ ਦੇ 4 ਸਾਥੀਆਂ ਨੂੰ ਨਹੀਂ ਬਚਾ ਪਾਏ। ਫਤਿਹ ਸਿੰਘ ਨੇ ਦੱਸਿਆ ਕਿ ਜਦ ਉਹ ਸ਼ਿਮਲਾ ਦੇ ਸੁੰਨੀ ਇਲਾਕੇ ਦੇ ਵਿੱਚ ਘੁੰਮ ਰਹੇ ਸਨ ਤਾਂ ਅਚਾਨਕ 2 ਵਜੇ ਦੇ ਕਰੀਬ ਮੌਸਮ ਖਰਾਬ ਹੋ ਗਿਆ ਤੇ ਚਾਰੇ ਪਾਸੇ ਹਨੇਰਾ ਛਾ ਗਿਆ। ਫਤਿਹ ਨੇ ਦੱਸਿਆ ਕਿ ਜਿੱਥੇ ਉਹਨਾਂ ਦੀ ਗੱਡੀ ਖੜੀ ਸੀ ਉੱਥੇ ਕਈ ਹੋਰ ਕਾਰਾਂ ਤੇ ਬੱਸਾਂ ਵੀ ਮੌਜੂਦ ਸਨ, ਪਰ ਅਚਾਨਕ ਇੱਕ ਜ਼ੋਰਦਾਰ ਆਵਾਜ਼ ਹੋਈ ਅਤੇ ਉਹ ਸਾਰੇ ਡਿੱਗ ਪਏ। ਉਸਨੇ ਦੱਸਿਆ ਕਿ ਕਿਸੇ ਤਰ੍ਹਾਂ ਜਦ ਉਹ ਬਚ ਕੇ ਵਾਪਸ ਉਸ ਜਗ੍ਹਾ ਤੇ ਪਹੁੰਚਿਆ ਤਾਂ ਉਸਦੇ 2 ਹੋਰ ਸਾਥੀ ਵੀ ਮੌਜੂਦ ਸਨ। ਉਹਨਾਂ ਨੇ ਆਪਣੇ ਬਾਕੀ ਦੋਸਤਾਂ ਦੀ ਭਾਲ ਕੀਤੀ ਪਰ ਕੋਈ ਪਤਾ ਨਾ ਲੱਗ ਸਕਿਆ। ਤੇ ਅਸੀਂ 7 ਜਣੇ ਇੱਥੋਂ ਗਏ ਸਕਾਰਪੀਓ ਗੱਡੀ ਦੇ ਵਿੱਚ ਤਕਰੀਬਨ 12 ਵਜੇ ਗਏ ਅਸੀਂ ਇੱਥੋਂ ਤੁਰੇ, ਅਤੇ ਸਾਡਾ ਪਲੈਨ ਸ਼ਿਮਲੇ ਜਾਣ ਦਾ ਸੀਗਾ ਅਤੇ ਸ਼ਿਮਲੇ ਘੁੰਮਣ ਫਿਰਨ ਦਾ ਸੀਗਾ, ਅਤੇ ਅਸੀਂ ਜਾ ਰਹੇ ਸੀਗੇ ਸੁੰਨੀ ਵੱਲੋਂ ਜਾ ਰਹੇ, ਸੁੰਨੀ ਇਲਾਕਾ ਸੀਗਾ ਉੱਥੇ ਕੋਈ, ਅਤੇ ਉੱਤਰੋਂ ਅਸੀਂ ਜਾ ਰਹੇ ਸੀਗੇ ਅਤੇ ਇੱਕੋ ਦਮੇ ਬੱਦਲ ਆਏ, ਹਨੇਰਾ ਹੋ ਗਿਆ। ਇੰਨਾ ਕੁ ਹਨੇਰਾ ਹੋ ਗਿਆ ਕਿ ਜਿੱਦਾਂ ਇੱਥੇ ਰਾਤ ਨੂੰ 10-11 ਵਜੇ ਹੋ ਜਾਂਦਾ, ਉਹ ਦੁਪਹਿਰ ਦੇ 2 ਵਜੇ ਹੀ ਹੋ ਗਿਆ। ਹਾਲਾਂਕਿ ਉੱਥੇ ਧੁੱਪ ਨਿਕਲੀ ਹੋ ਸੀਗੀ, ਧੁੱਪ ਹੋਣ ਦੇ ਬਾਵਜੂਦ ਇੰਨਾ ਹਨੇਰਾ ਹੋ ਗਿਆ ਕਿ ਸਾਨੂੰ ਗੱਡੀ 'ਚ ਬੈਠਿਆਂ ਨੂੰ ਇੱਕ ਦੂਸਰੇ ਦਾ ਮੂੰਹ ਨਸ ਦਿਖਦਾ। ਸਾਡੀ ਗੱਡੀ ਹਿੱਲ ਗਈ, ਸਾਨੂੰ ਨਹੀਂ ਪਤਾ ਕਿਉਂ, ਅਸੀਂ ਇੱਕ ਦੂਜੇ ਨਾਲ ਇਲਤਾ ਕਰਦੇ ਕਿ ਸਾਡਾ ਧਿਆਨ ਹੀ ਨਹੀਂ ਗਿਆ, ਹਨੇਰਾ ਇੰਨਾ ਸੀਗਾ ਸਾਨੂੰ ਉਹ ਦਿਖਿਆ ਵੀ ਨਹੀਂ। ਉੱਥੇ ਹੀ ਲਾਪਤਾ ਹੋਏ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਆਪਣੇ ਬੇਟਿਆਂ ਦੇ ਇੰਤਜ਼ਾਰ ਦੇ ਵਿੱਚ ਟਕਟਕੀ ਲਗਾਏ ਬੈਠੇ ਹਨ ਕਿ ਉਹ ਕਦੋਂ ਵਾਪਸ ਆਉਣਗੇ। ਲਾਪਤਾ ਹੋਏ ਹਰਦੀਪ ਦੀ ਮਾਂ ਨੇ ਕਿਹਾ ਕਿ ਉਹਨਾਂ ਨੂੰ ਨਹੀਂ ਪਤਾ ਸੀ ਕਿ ਜਿਸ ਥਾਂ ਉਹਨਾਂ ਦਾ ਬੇਟਾ ਘੁੰਮਣ ਜਾ ਰਿਹਾ ਉੱਥੇ ਹਾਦਸਾ ਉਸਦਾ ਇੰਤਜ਼ਾਰ ਕਰ ਰਿਹਾ। ਸ਼ਿਮਲਾ ਦੀਆਂ ਵਾਦੀਆਂ 'ਚ ਘੁੰਮਣ ਗਏ ਇਹਨਾਂ ਨੌਜਵਾਨਾਂ ਨੂੰ ਕਿੱਥੇ ਪਤਾ ਸੀ ਕਿ ਉੱਥੇ ਕੋਈ ਹਾਦਸਾ ਉਹਨਾਂ ਦਾ ਇੰਤਜ਼ਾਰ ਕਰ ਰਿਹਾ, ਪਰ ਕਹਿੰਦੇ ਨੇ ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ। ਇਹ ਸੱਚ ਕਰ ਵਿਖਾਇਆ ਉਸ ਹਾਦਸੇ ਦੇ ਵਿੱਚ ਮੌਤ ਨੂੰ ਮਾਤ ਦੇ ਕੇ ਵਾਪਸ ਆਏ ਇਹਨਾਂ 3 ਨੌਜਵਾਨਾਂ ਨੇ। ਪਰ ਉੱਧਰ ਲਾਪਤਾ ਹੋਏ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਅੱਜ ਵੀ ਆਪਣੇ ਬੱਚਿਆਂ ਦੇ ਵਾਪਸ ਆਉਣ ਦੀ ਆਸ ਲਗਾਏ ਬੈਠੇ ਨੇ। ਹਾਦਸਾ ਇੰਨਾ ਜ਼ਬਰਦਸਤ ਅਤੇ ਦਿਲ ਕੰਬਾਊ ਸੀ ਕਿ ਆਪਣੇ ਲਾਪਤਾ 4 ਦੋਸਤਾਂ ਨੂੰ ਯਾਦ ਕਰਦਿਆਂ ਫਤਿਹ ਦੀਆਂ ਅੱਖਾਂ ਭਰ ਆਉਂਦੀਆਂ ਨੇ, ਪਰ ਆਪਣੇ 4 ਜ਼ਿਗਰ ਦੇ ਟੁਕੜਿਆਂ ਦੀ ਵਾਪਸੀ ਲਈ ਹੰਝੂ ਘੇਰ ਰਹੇ ਨੇ ਪਰਿਵਾਰ, ਅਤੇ ਦਿਲ ਤੋਂ ਇਹੀ ਦੁਆ ਨਿਕਲ ਰਹੀ ਹੈ ਕਿ ਕਿਸੇ ਤਰ੍ਹਾਂ ਉਹ ਵਾਪਸ ਆ ਜਾਣ। ਨਵਾਂਸ਼ਹਿਰ ਤੋਂ ਸੁਖਜਿੰਦਰ ਸੁੱਖਾ ਦੇ ਨਾਲ ਜਸਪ੍ਰੀਤ ਚਾਨਾ, ਫਾਸਟ ਵੇ ਨਿਊਜ਼।